before I met you. I drink too much and that's an issue, but I'm okay. देवनी तरीके वाले तो कातो साध दा कुड़ा करवाऊंगे तड़के नू लत वड के तड़के नू लत वड के मैं ता चढ़ जूं बठिंडे वाली रेले नी गट्टिए जे होगी साधनी करतार गोरे इधर गल सुनी जरा मैं चलिया पिंड मेहरगढ़ बत्ती दा चक्कर लाना हुण मेरी काटो फुल्ला दे आ मेरी जागड़ देना जरा तू राम नाल बैगे मेरे सिर ते ऐश कर ते चा जो पीला हे सच्चे महाराज मैं आउंदी संगरात नु तेरे कोल 5.5 रुपए दा प्रसाद चढ़ावांगी तू उस साध नु भेज दे जो कदी कदाई खैर मंगण आउंदा साधु आए ने जति सति भई साधु आए ने जति सति दीदी बाबा ठंड लग दिया फिर पाटिया पर कपड़ा तो होना है बाबा जी घर नहीं है दीदी तू इस बार की कर दिया चल संता दे हाँ दीदी बाबे अंतर ध्यान हो गया की दुख है तेनू दस पर दीदी मंत्र है अंतरू मंत्रू गटाक जंतरू घोर चरंतरू दीदी अपनी सजी रखा मंत्र बन ली अखा मन के लंगड़ा
ਤੇ ਭੰਨ ਕੇ ਤਾਂ ਗੱਲ ਬਣੂ ਤੇਰੀ ਮੇਰੀ ਬਸਤੀ ਨਗਰੀ ਤੇਰੀ ਸੰਤਾਂ ਨੇ ਪਾਈ ਫੇਰੀ ਨਹੀਂ ਬਸਤੀ ਨਗਰੀ ਤੇਰੀ ਮੱਥੇ ਨੂੰ ਥੋੜੀ ਅਗਲੇ ਸਾਲ ਤੇਰੇ ਕਰ ਲੋਰੀ ਸ਼ਿਵ ਸ਼ੰਕਰ ਕਹਿ ਸ਼ਿਵ ਭੋਲੇ ਬੀਬੀ ਭਾਗ ਤੇਰੇ ਚਮਕੀਲਾ ਖੋਲੇ ਕਹਿ ਸ਼ਿਵ ਸ਼ੰਕਰ ਕਹਿ ਸ਼ਿਵ ਭੋਲੇ ਭਾਗ ਤੇਰੇ ਚਮਕੀਲਾ ਖੋਲੇ ਐਨੀ ਚੱਲ ਬਥੇਰੀ ਬਸਤੀ ਨਗਰੀ ਤੇਰੀ ਸੰਤਾਰੇ ਪਾਈ ਤੇਰੀ ਬਸਤੀ ਨਗਰੀ ਤੇਰੀ ਬਸਤੀ ਨਗਰੀ ਨਾਲੇ ਡੱਬੀ ਅਜੇ ਭਰੀ ਪਈ ਹੈ ਉਹ ਸੱਜਰੀ ਬਾਹੂ ਦੀ ਜਿਵੇਂ ਭਰੀ ਪਈ ਹੈ ਨੀ ਦੁੱਖ ਨਾਲ ਡੱਬੀ ਅਜੇ ਭਰੀ ਪਈ ਹੈ ਉਹ ਖੁਸ਼ੀ ਨਾਲ ਪਾਉਂਦਾ ਖੁਸ਼ੀ ਨਾਲ ਪਾਉਂਦਾ ਚਮਕੀਲਾ ਬਾਗੀਆਂ ਤੋੜ ਦੂਗਾ ਅੱਜ ਅਮਲੀ ਤੜਾ ਗਈਆਂ ਤੋੜ ਦੂਗਾ ਅੱਜ ਅਮਲੀ ਤੜਾ ਗਈਆਂ ਅੱਜ ਕੋਈ ਤਾਸ ਖੇਡਣੀ ਨਹੀਂ ਆਇਆ ਅਮਲੀ ਤੋਂ ਡਰ ਕੇ ਲੱਗਦਾ ਅੱਜ ਤਾਂ ਅਮਲੀ ਨੂੰ ਕੱਲੇ ਨੂੰ ਹੀ ਬੇਗੀ ਦੇ ਬਾਦਸ਼ਾਹ ਮਾਰਨਾ ਬਹੁ ਆਂਦਾ ਤਾਂ ਲੱਗਦਾ ਕੋਈ ਅਮਲੀਆ ਓਏ ਅਮਲੀਆ ਓਏ ਅਮਲੀਆ ਯਾਰ ਤੂੰ ਦੱਸ ਓ ਨਹੀਂ ਯਾਰ ਬਸ ਤੂੰ ਦੱਸ ਆ ਗੱਲ ਕੀ ਹੈ ਬੋਲੋ ਤਾਂ ਸਹੀ ਕਦੇ ਤੂੰ ਦੱਸ ਕਦੇ ਤੂੰ ਦੱਸ ਕੋਈ ਪਹਾੜ ਡਿੱਗ ਗਿਆ ਤੇਰੇ ਘਰ ਵਾਲੀ ਤਾਂ ਕਿਸੇ ਸਾਧ ਨਾਲ ਭੱਜ ਗਈ ਓਏ ਹੈ ਮੇਰੇ ਘਰ ਵਾਲੀ ਭੱਜ ਗਈ ਹਾਂ ਮੇਰੀ ਇੰਨੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਭੱਜ ਗਈ ਉਹ ਇਹ ਸਭ ਮੇਰੀ ਹੈ ਮਿਹਰਬਾਨੀ ਹੈ ਲੋਕੋ ਜੇ ਮੈਂ ਨਸ਼ੇ ਨਾ ਕਰਦਾ ਅੱਜ ਮੇਰਾ ਪਰਿਵਾਰ ਨਾ ਉਜੜਦਾ ਹੌਸਲਾ ਰੱਖ ਹੌਸਲਾ ਹੌਸਲਾ ਕੀ ਸਵਾਲ ਰੱਖਾਂ ਮੈਂ ਤਾਂ ਉਜੜ ਗਿਆ ਲੋਕੋ ਮੈਂ ਬਰਬਾਦ ਹੋ ਗਿਆ ਪ੍ਰਿੰਸੀਪਲ ਸਰ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਗਲਾ 'ਚ ਰੱਖੇ ਅਤੇ ਇਹਨੇ ਸਕੂਲ ਨੂੰ ਬਹੁਤ ਬਹੁਤ ਤਰੱਕੀ ਰੱਖੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮੋਹਨ ਕੁਮਾਰ ਜੀ ਸਾਡੇ ਪ੍ਰਿੰਸੀਪਲ ਬਾਲਾ ਪਬਲਿਕ ਸਕੂਲ ਪਿੱਪਲਖੇੜੀ ਅਤੇ ਵੱਡੇ ਭਾਈ ਸਾਹਿਬ ਸਨਮਾਨ ਕਰ ਰਹੇ ਨੇ ਸ੍ਰੀ ਰਾਜ ਕੁਮਾਰ ਸਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਪੜ੍ਹਾਈ ਕਰਾ ਰਹੇ ਨੇ ਬੱਚਿਆਂ ਨੂੰ ਔਰ ਮੈਂ ਦੇਖਦਾ ਕਿ ਪਿਛਲੇ ਸਾਲ ਦਾ ਇਹਨਾਂ ਦਾ 92% ਦਾ ਰਿਜ਼ਲਟ ਰਿਹਾ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਔਰ ਇਸ ਤਰ੍ਹਾਂ ਦਾ ਵਧੀਆ ਸਕੂਲ ਔਰ ਬੱਚਿਆਂ ਨੂੰ ਬਹੁਤ ਵਧੀਆ ਵਿੱਦਿਆ ਦੇਣੀ ਇਹ ਵੀ ਇੱਕ ਪੁੰਨ ਦਾ ਕੰਮ ਹੈ ਅਤੇ ਸਾਡੇ ਮਾਸਟਰ ਜੀ ਹਰਮਨ ਸਿੰਘ ਜੀ ਅਤੇ ਇਹਨਾਂ ਦਾ ਸਟਾਫ ਬਹੁਤ ਹੀ ਮਿਹਨਤੀ ਸਟਾਫ ਹੈ ਅਤੇ ਸਾਰੇ ਲੱਗੇ ਹੋਏ ਨੇ ਜਿੱਥੇ ਇਹ ਪੜ੍ਹਾਈਆਂ ਕਰਾਉਂਦੇ ਨੇ ਉਸਦੇ ਨਾਲ ਨਾਲ ਕੁਛ ਬੱਚਿਆਂ ਨੂੰ ਕਲਚਰਲ ਐਕਟੀਵਿਟੀਜ਼ ਵੀ ਕਰਵਾਉਂਦੇ ਨੇ ਮੈਂ ਹੁਣੇ ਦੇਖ ਰਿਹਾ ਸੀ ਕਿ ਬੱਚਿਆਂ ਨੇ ਨਸ਼ਿਆਂ ਦੇ ਖਿਲਾਫ ਇੱਕ ਸਕਿੱਟ ਪੇਸ਼ ਕੀਤੀ ਸੀ ਬਹੁਤ ਵਧੀਆ ਜੋ ਕਿ ਸਮੇਂ ਦੀ ਲੋੜ ਹੈ ਸਮੇਂ ਦੀ ਨਬਜ਼ ਨੂੰ ਪਕੜਦੇ ਹੋਏ ਉਸ ਹਿਸਾਬ ਨਾਲ ਇਹ ਬੱਚਿਆਂ ਨੂੰ ਸ਼ਿਕਸ਼ਾ ਦਿੰਦੇ ਨੇ ਤਾਂ ਕਿ ਬੱਚੇ ਸਮਾਜ ਦੇ ਵਿੱਚ ਵੀ ਆਪਣਾ ਰਹਿ ਕੇ ਵਧੀਆ ਰੋਲ ਅਦਾ ਕਰ ਸਕਣ ਸੋ ਮੈਂ ਬੜਾ ਇੰਪ੍ਰੈਸ ਹੋਇਆ ਔਰ ਹਰ ਸਾਲ ਦੀ ਤਰ੍ਹਾਂ ਮੈਂ ਕਾਮਨਾ ਕਰਦਾ ਹਾਂ ਕਿ ਅੱਗੋਂ ਵੀ ਇਹਨਾਂ ਦਾ ਰਿਜ਼ਲਟ ਹੈ ਬਹੁਤ ਵਧੀਆ ਹੋਏਗਾ ਅਤੇ ਬਹੁਤ ਹੀ ਘੱਟ ਫੀਸਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਮੈਂ ਕਹਿ ਸਕਦਾ ਕਿ ਗਰੀਬ ਜਨਤਾ ਰਹਿੰਦੀ ਹੈ ਉਹਨਾਂ ਦੇ ਵਾਸਤੇ ਇੱਕ ਬਹੁਤ ਵਧੀਆ ਇੱਕ ਮੇਲ ਦਾ ਪੱਥਰ ਸਾਬਤ ਹੋ ਸਕਦਾ ਸਕੂਲ ਔਰ ਮੈਂ ਉਮੀਦ ਕਰਦਾ
कि बाला पब्लिक स्कूल आने वाले समय के दिन दुगनी रात चौगुनी तरक्की करे। पेरेंट्स और प्यारे बच्चे हो, आज बड़ा माण महसूस कर रहे हैं कि बाला पब्लिक स्कूल की मैनेजमेंट ने अपने एनुअल फंक्शन के समय सानू सदा दिता है। मैं पहला भी इस स्कूल च कई बार इन्होंने फंक्शन च आ चुके हैं, मैं देखना है कि हर बार ही बहुत वधिया तरीके दे नाल ये फंक्शन करते हैं। जिथे इस स्कूल की पढ़ाई का जो प्रबंध है वो भी एक मैं कह सकता है कि भी अच्छे स्कूलों के विचों एक गिने जाता है। उस दे नाल नाल जिहड़ियां कल्चरल एक्टिविटीज़ और समाजिक जो बच्चों को सेध देनी वो भी नाल नाल चलता है। असीं देख रहे सी Thank you.
सेकंड पोजीशन, ज्योति 89.2% थर्ड पोजीशन। टीचर्स स्टेज पे आ जाएं, स्टेज पे आ जाएं। बाबा वे कलाम रो
ਡਾਕਟਰੋਂ ਹੋਈ ਤੂੰ ਹਾਰਾ ਕਰ ਕੋਈ ਚਾਰਾ ਫਿਰ ਮਿਲਕੀ ਤੇਰਾ ਸਰਦਾਰਾ ਤੂੰ ਕਹਿੰਦਾ ਗਿਰ ਗੱਡੀ ਰਾਹ ਅੜ ਗਿਆ ਕੱਕਾ ਲਾਉਂਦੀ ਨੂੰ ਸਾ ਚੜ ਗਿਆ ਵੇ ਕਲਾਮਰੋ ਡਾਕਟਰ ਹੁਣੇ ਪਛਾਣ ਤੇ ਗੱਡੀ ਚਾਪ ਗੇਰ ਦੇ ਜ਼ੋਰ ਬਾਬਾ ਕੋਲ ਰਣਧੀਰ ਸਿੰਘ ਜੀ, ਨਰਪਿੰਦਰ ਜੀ, ਸੁਖੀ ਜੀ ਔਰ ਪਤਵੰਤੇ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਰਦਾਰ ਅਮਰਜੀਤ ਸਿੰਘ ਜੀ ਬਾਹਲਾ ਦਾ ਔਰ ਸਰਦਾਰ ਹਰਬੰਸ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਦਾਸ ਨੂੰ ਇੱਥੇ ਬੁਲਾ ਕੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸੋ ਤੁਹਾਨੂੰ ਸਭ ਨੂੰ ਅੱਜ ਸਲਾਨਾ ਇਨਾਮ ਵੰਡ ਸਮਾਰੋਹ। ਬਾਹਲਾ ਪਬਲਿਕ ਸਕੂਲ ਵਰਗੇ ਸਕੂਲਾਂ ਦੇ ਵਿੱਚ ਪੜ੍ਹ ਕੇ ਜਿੱਥੇ ਉਹਨਾਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕਰਨੀ ਹੈ, ਆਪਣੇ ਆਪ ਨੂੰ ਦੇਸ਼ ਦੇ ਲਈ ਔਰ ਲੋਕਾਂ ਦੇ ਲਈ ਸਮਰਪਿਤ ਵੀ ਕਰਨਾ, ਉੱਥੇ ਉਹਨਾਂ ਦੇ ਵਿੱਚ ਜਿਹੜੀ ਹੈ ਅੰਦਰ ਜਿਹੜੀ ਹੈ ਉਹਨਾਂ ਦੇ ਨਿਮਰਤਾ, ਪਿਆਰ, ਸਤਿਕਾਰ, ਵੱਡਿਆਂ ਦਾ ਪਿਆਰ ਸਤਿਕਾਰ ਕਿਵੇਂ ਕਰਨਾ, ਛੋਟਿਆਂ ਨੂੰ ਪਿਆਰ ਕਿਵੇਂ ਕਰਨਾ, ਇਹ ਚੀਜ਼ਾਂ ਵੀ ਉਹਨਾਂ ਨੂੰ ਘਰ ਦੇ ਵਿੱਚੋਂ ਵੀ ਪ੍ਰਾਪਤ ਹੋਣੀਆਂ ਜ਼ਰੂਰੀ ਹੈ। ਸੋ ਮੇਰੀ ਫਿਰ ਦੁਬਾਰਾ ਜਿੱਥੇ ਬੱਚਿਆਂ ਨੂੰ, ਜਿਹੜੇ ਬੱਚੇ ਫਸਟ ਆਏ ਨੇ, ਸੈਕਿੰਡ ਆਏ ਨੇ, ਥਰਡ ਆਏ ਨੇ, ਉਹਨਾਂ ਨੂੰ ਵੀ ਮੁਬਾਰਕ। ਜਿਹੜੇ ਪਾਸ ਹੋਏ ਨੇ ਸਿਰਫ ਉਹਨਾਂ ਨੂੰ ਵੀ ਮੁਬਾਰਕ, ਅਗਲੀ ਵਾਰੀ ਉਹ ਹੋਰ ਮਿਹਨਤ ਕਰਨ, ਹੋਰ ਚੰਗੇ ਨੰਬਰ ਲੈ ਕੇ ਪਾਸ ਹੋਣ। ਦੁਬਾਰਾ ਫਿਰ ਸਕੂਲ ਦੇ ਪ੍ਰਬੰਧਕਾਂ ਨੂੰ, ਮੈਨੇਜਮੈਂਟ ਨੂੰ, ਟੀਚਰਸ ਨੂੰ, ਬੱਚਿਆਂ ਨੂੰ, ਬੱਚਿਆਂ ਦੇ ਮਾਪਿਆਂ ਨੂੰ ਦੁਬਾਰਾ ਫਿਰ ਇਸ ਸਾਲਾਨਾ ਇਨਾਮ ਵੰਡ ਸਮਾਰੋਹ ਦੀ ਹਾਂਜੀ ਥੈਂਕ ਯੂ। ਨੈਕਸਟ ਆਪਣੇ ਹਾਂਜੀ ਕਾਕਾ ਹਰਮਨ ਸਿੰਘ ਪੱਤਰਕਾਰ, ਸਾਡੇ ਬੜੇ ਹਰਮਨ ਪਿਆਰੇ ਨੇ, ਇਹ ਵੀ ਆਪਣੇ ਕੋਹਲੀ ਸਾਹਿਬ ਤੋਂ ਪ੍ਰਾਈਜ਼ ਲੈ ਰਹੇ ਨੇ ਜੀ। ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ ਦਾ। ਹਾਂਜੀ ਸਾਹਮਣੇ ਹਾਂਜੀ, ਜਿਹੜਾ ਕਲੈਪਿੰਗ ਕਰ ਦਿਆ ਕਰੋ ਵੀ ਦਵਾ ਕੇ ਪਲੀਜ਼, ਕਿਉਂਕਿ ਆਪਣੀ ਵੀ ਸੁਸਤੀ ਜਿਹੜਾ ਥੋੜ੍ਹੀ ਜਿਹੀ ਉੱਤਰ ਜਾਂਦੀ ਹੈ ਨਾ ਜਿਹੜੀ ਕਲੈਪਿੰਗ ਹੁੰਦੀ ਹੈ। ਹਾਂਜੀ ਬੱਤੀ ਦੇ ਸਰਪੰਚ ਸਾਹਿਬ, ਹਾਂਜੀ ਬੱਤੀ ਦੇ ਸਰਪੰਚ ਸਾਹਿਬ ਦੇ ਭਰਾ ਨੇ ਅੱਕਾ ਜੀ, ਇਹਨਾਂ ਨੇ ਜੇ ਪੀ ਕਰ ਰਿਹਾ। ਹਾਂਜੀ ਕਾਕਾ ਜੇ ਪੀ, ਹਾਂਜੀ ਆ ਗਿਆ ਜੀ। ਥੈਂਕ ਯੂ, ਅਸੀਂ ਕੋਹਲੀ ਸਾਹਿਬ ਤੋਂ ਪ੍ਰਾਈਜ਼ ਲੈ ਰਹੇ ਨੇ, ਬੜੀਆਂ ਵਧੀਆ ਫੋਟੋ ਖਿੱਚ ਰਹੇ ਨੇ ਜੇ ਪੀ ਸਾਹਿਬ ਜੀ। ਮੇਹਰਗੜ੍ਹ ਬੱਤੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ ਸੀ, ਉਸ ਵਿੱਚ ਮੈਂ ਆਪਣੇ ਆਪ ਪਹੁੰਚ ਕੇ ਇੱਥੇ ਬੜਾ ਵਡਭਾਗਾ ਸਮਝਦਾ, ਕਿਉਂਕਿ ਜਿੱਥੇ ਸਰਦਾਰ ਅਮਰਜੀਤ ਸਿੰਘ, ਸਰਦਾਰ ਹਰਬੰਸ ਸਿੰਘ ਨੇ ਬੱਚਿਆਂ ਦੇ ਦਰਸ਼ਨ ਕਰਾਏ, ਮਾਪਿਆਂ ਦੇ ਦਰਸ਼ਨ ਕਰਾਏ, ਉੱਥੇ ਉੱਥੇ ਵਧੀਆ ਸਕ੍ਰਿਪਟਾਂ ਦਾ, ਜੋ ਵਧੀਆ ਗਾਣਿਆਂ ਦਾ, ਵਧੀਆ ਜੋ ਪ੍ਰੋਗਰਾਮ ਸੀ ਸਾਰਾ ਇੱਥੇ ਪੇਸ਼ ਹੋਇਆ, ਉਸ ਦੇ ਲਈ ਮੈਂ ਸਰਦਾਰ ਅਮਰਜੀਤ ਸਿੰਘ ਜੀ ਨੂੰ, ਸਰਦਾਰ ਹਰਬੰਸ ਸਿੰਘ ਜੀ ਨੂੰ, ਉਹ ਜੋ ਇੱਥੇ ਦੇ ਸਕੂਲ ਦੇ ਮੈਨੇਜਮੈਂਟ ਟੀਚਰ ਨੇ, ਮੈਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਹੋਇਆ। ਬੱਚਿਆਂ ਨੂੰ ਇਹਦਾ ਜ਼ਰੂਰ ਕਹਿਣਾ ਕਿ ਆਪਣੇ ਵਿਰਸੇ ਨਾਲ ਜੋੜ ਕੇ ਆਪਾਂ ਆਪਣੀ ਖੁਸ਼ੀ ਪ੍ਰਾਪਤ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਕਲਾਸ 7 ਮੈਨੇਜਮੈਂਟ ਵਾਕਈ ਹੀ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਇਹ ਬੱਚਿਆਂ ਨੂੰ ਤਰਾਸਿਆ ਹੈ। ਇਹ ਬੱਚੇ ਅੱਗੇ ਜਾ ਕੇ ਆਪਣੇ ਜ਼ਿੰਦਗੀ ਦੀਆਂ ਸਫਲਤਾਵਾਂ ਨੂੰ ਛੂਹਣਗੇ। ਇੱਕ ਬੱਚੇ ਦਾ ਜੀਵਨ ਉਹਨੂੰ ਤਰਾਸਣ ਵਾਸਤੇ ਇੱਕ ਚੰਗੇ ਅਧਿਆਪਕ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਤੇ ਇੱਕ ਚੰਗੇ ਅਤੇ ਵਾਕਈ ਬੱਚੇ ਬਹੁਤ ਪਰੀਆਂ ਦੇ ਰੋਲ 'ਚ ਬਹੁਤ ਬੱਚੇ ਵਧੀਆ ਲੱਗ ਰਹੇ ਸੀ ਅਤੇ ਪੇਰੈਂਟਸ ਗੱਲਾਂ ਵੀ ਕਰਦੇ ਸੀ, ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਲੱਗਦਾ, ਘਰ ਵੀ ਕਹਿੰਦੇ ਐਂ ਕਰੀ ਜਾਂਦੇ ਨੇ, ਕੋਈ ਖਬਰਾਂ ਚੱਲਦੀਆਂ ਹੁਣ ਗੀਤ ਚੱਲਦੇ ਹੋਵੇ ਐਂ ਕਰੀ ਜਾਂਦੇ ਨੇ ਇਹ, ਤਾਂ ਬਹੁਤ ਵਧੀਆ ਬੱਚਿਆਂ ਨੇ, ਛੋਟੇ ਛੋਟੇ ਬੱਚੇ ਨੇ, ਇੱਕ ਦੋ ਪੇਰੈਂਟਸ ਨੂੰ ਛੱਡ ਕੇ ਮੇਰੇ ਕੋਲ ਸਾਰਿਆਂ ਨੇ ਇਹੀ ਆਈ ਆ ਵੀ ਛੋਟੇ ਛੋਟੇ ਬੱਚੇ ਕਰ ਲੈਣਗੇ। ਹਾਂਜੀ
ਬੰਬੀ ਹਾਂ ਬੋਲੇ ਸ਼ਾਵਾਨੀ ਬੰਬੀ ਹਾਂ ਬੋਲੇ ਭੋਲੇ ਨੀ ਬੰਬੀ ਹਾਂ ਬੋਲੇ ਸ਼ਾਵਾਨੀ ਬੰਬੀ ਹਾਂ ਬੋਲੇ ਭੋਲੇ ਨੀ ਪ੍ਰਨਾਤ ਨੀ ਬੰਬੀ ਹਾਂ ਬੋਲੇ ਭੋਲੇ ਨੀ ਬੰਬੀ ਹਾਂ ਬੋਲੇ ਸ਼ਾਵਾਨੀ ਬੰਬੀ ਹਾਂ ਬੋਲੇ ਪੁੱਤਰ ਲੱਭਦੇ ਲੱਭਦੇ ਮੁੱਕਦੇ ਸਾਰੇ ਔਰਤ ਜਾਤ ਨੀ ਬੰਬੀ ਹਾਂ ਬੋਲੇ ਸ਼ਾਵਾਨੀ ਬੰਬੀ ਹਾਂ ਬੋਲੇ ਭੋਲੇ ਨੀ ਬੰਬੀ ਹਾਂ ਬੋਲੇ ਸ਼ਾਵਾਨੀ ਬੰਬੀ ਹਾਂ ਬੋਲੇ ਭੋਲੇ ਨੀ ਬੰਬੀ ਹਾਂ ਬੋਲੇ ਸ਼ਾਵਾਨੀ ਬੰਬੀ ਹਾਂ ਬੋਲੇ ਪਾਵਾ
ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਐਸੋਸੀਏਟ ਸਕੂਲ ਚੱਲ ਰਹੇ ਹਨ ਇਹ ਬਹੁਤ ਹੀ ਘੱਟ ਫੀਸਾਂ ਲੈ ਕੇ ਸਾਡੇ ਸਮਾਜ ਦੀ ਅਤੇ ਬੱਚਿਆਂ ਦੀ ਸੇਵਾ ਕਰ ਰਹੇ ਹਨ, ਜਿਨ੍ਹਾਂ ਦਾ ਥੋੜ੍ਹੇ ਪੈਸੇ ਲੈ ਕੇ ਵੀ ਰਿਜ਼ਲਟ ਹੈ ਜਿਹੜੇ ਸਾਡੇ ਬਹੁਤ ਵਧੀਆ ਆ ਰਹੇ ਹਨ। ਸਾਡੇ ਸਕੂਲ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਨਾਲ ਸਪੋਰਟਸ ਵੱਲ ਵੀ ਪੂਰਾ ਯੋਗਦਾਨ ਪਾ ਰਹੇ ਹਨ ਅਤੇ ਜਿਹੜੇ ਸਾਡੇ ਸਕੂਲ ਐਸੋਸੀਏਟ ਨੇ ਉਹ ਅਸੀਂ ਪੰਜਾਬ ਗੌਰਮੈਂਟ ਤੋਂ ਪੁਰ ਜ਼ੋਰ ਮੰਗ ਕਰ ਰਹੇ ਹਾਂ ਕਿ ਇਹਨਾਂ ਸਕੂਲਾਂ ਨੂੰ ਪੱਕੇ ਤੌਰ 'ਤੇ ਐਸੋਸੀਏਟ ਕਰਕੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਸਾਡੇ ਸਕੂਲ ਦੇ ਵਿੱਚ ਅੱਜ ਵੀ ਆਪਣੇ ਐਨੂਅਲ ਫੰਕਸ਼ਨ ਕੀਤਾ ਗਿਆ, ਹਰ ਸਾਲ ਹੀ ਇਸ ਤਰ੍ਹਾਂ ਰਿਜ਼ਲਟ ਦੇ ਉੱਤੇ ਐਨੂਅਲ ਫੰਕਸ਼ਨ ਕੀਤਾ ਜਾਂਦਾ ਹੈ ਅਤੇ ਅੱਜ ਦੇ ਸਾਡੇ ਮੁੱਖ ਮਹਿਮਾਨ ਪ੍ਰੋਫੈਸਰ ਰਾਜ ਕੁਮਾਰ ਸੀ ਉਦਘਾਟਨੀ ਮਹਿਮਾਨ, ਅਤੇ ਸਾਡੇ ਜੋ ਮੁੱਖ ਮਹਿਮਾਨ ਸੀ ਉਹ ਜਗਜੀਤ ਸਿੰਘ ਕੋਹਲੀ PA2 ਚੰਦੂਮਾਜਰਾ, ਅਤੇ ਤਕਰੀਬਨ ਬੋਰਡ ਦੀਆਂ ਕਲਾਸਾਂ ਦਾ ਜੋ ਰਿਜ਼ਲਟ ਹੈ ਸਾਡਾ 90% ਦੇ ਲਗਭਗ ਸਾਡਾ ਹਰ ਸਾਲ ਆਉਂਦਾ ਹੈ। ਜੋ ਸਾਡੇ ਸਕੂਲ ਹੈਗਾ ਤਕਰੀਬਨ ਹਰ ਸਾਲ ਹੀ ਵਧੀਆ ਨਤੀਜੇ ਦੇ ਰਹੇ ਨੇ ਅਤੇ ਇਸ ਕਲਚਰ ਪ੍ਰੋਗਰਾਮ ਜੋ ਅਸੀਂ ਬੱਚਿਆਂ ਨੂੰ ਕਰਾ ਰਹੇ ਹਾਂ ਇਸ ਦੇ ਵਿੱਚ ਵੀ ਬੱਚੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਨੇ ਅਤੇ ਬਹੁਤ ਵਧੀਆ ਹੀ ਐਕਟੀਵਿਟੀਆਂ ਪੇਸ਼ ਕਰਦੇ ਨੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਜੋ ਸਕੂਲ ਹੈਗਾ ਸਾਡਾ ਤਰੱਕੀ ਕਰ ਰਿਹਾ ਹੈ। ਅਤੇ ਅੱਜ ਸਾਡੇ ਐਸੋਸੀਏਸ਼ਨ ਪ੍ਰਾਈਵੇਟ ਸਕੂਲ ਦੇ ਪ੍ਰਧਾਨ ਗਰੇਵਾਲ ਸਾਹਿਬ ਵੀ ਸਾਡੇ ਵਿੱਚ ਬਰਾਜਮਾਨ ਹਨ ਅਤੇ ਆਪਣੇ ਬਾਲਾ ਪਬਲਿਕ ਸਕੂਲ ਦੇ MD ਸਰਦਾਰ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਸਰਦਾਰ ਮੋਹਨ ਕੁਮਾਰ ਜੀ ਉਹ ਵੀ ਸਾਡੇ ਵਿੱਚ ਬਰਾਜਮਾਨ ਹਨ ਅਤੇ ਨਾਲ ਸਾਡੇ ਖਜ਼ਾਨਚੀ ਸਾਡੀ ਐਸੋਸੀਏਸ਼ਨ ਦੇ ਧਰਮਿੰਦਰ ਸਿੰਘ ਇਹ ਵੀ ਬਰਾਜਮਾਨ ਨੇ ਤਾਂ ਬਹੁਤ ਵਧੀਆ। ਅੱਜ ਬਾਲਾ ਪਬਲਿਕ ਸਕੂਲ ਮੇਹਰਗੜ੍ਹ ਬੱਤੀ ਵਿਖੇ ਐਨੂਅਲ ਫੰਕਸ਼ਨ ਕਰਾਇਆ ਗਿਆ ਜਿਸ ਦੇ ਵਿੱਚ ਸਕੂਲ ਦੇ ਬੱਚਿਆਂ ਨੇ ਪੇਰੈਂਟਸ ਨੇ ਬੜਾ ਵੱਧ ਚੜ੍ਹ ਕੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਇਸ ਸਕੂਲ ਦੇ ਆਪਣੇ ਪ੍ਰਿੰਸੀਪਲ ਸਾਹਿਬ ਸਰਦਾਰ ਹਰਬੰਸ ਸਿੰਘ ਬਾਲਾ ਜੀ ਜੋ ਕਿ ਪ੍ਰਬੰਧਕ ਨੇ ਸਕੂਲ ਦੇ ਬਹੁਤ ਹੀ ਵਧੀਆ ਮੈਨੇਜਮੈਂਟ ਲੈ ਕੇ ਇਸ ਸਕੂਲ ਨੂੰ ਚਲਾ ਰਹੇ ਨੇ ਅਤੇ ਬਹੁਤ ਹੀ ਵਧੀਆ ਰਿਜ਼ਲਟ ਹਰ ਸਾਲ ਇਸ ਸਕੂਲ ਦਾ ਆਉਂਦਾ ਹੈ। ਔਰ ਬੱਚੇ ਐਕਟੀਵਿਟੀ ਹੈ ਜੋ ਗਿੱਧਾ ਭੰਗੜਾ ਸਕਿੱਟ ਭਰੂਣ ਹੱਤਿਆ ਹੋਰ ਵੀ ਇਹੋ ਜਿਹੀਆਂ ਜਾਂ ਨਸ਼ੇ ਦੇ ਵਿਰੁੱਧ ਐਟਮਾਂ ਕਰਾਈਆਂ ਨੇ ਸਾਰੇ ਮਹਿਮਾਨਾਂ ਨੇ ਬੜਾ ਆਨੰਦ ਮਾਣਿਆ ਔਰ ਬੱਚਿਆਂ ਦੇ ਪੇਰੈਂਟਸ ਨੇ ਬੜਾ ਆਨੰਦ ਮਾਣਿਆ ਅਤੇ ਮੈਂ ਸਰਦਾਰ ਹਰਬੰਸ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਹਰ ਸਾਲ ਮੈਂ ਬਾਲਾ ਪਬਲਿਕ ਸਕੂਲ ਦੇ ਵਿੱਚ ਅੱਜ ਅਸੀਂ ਉਹਨਾਂ ਦਾ ਸਾਲਾਨਾ ਫੰਕਸ਼ਨ ਦੇ ਸ਼ਿਰਕਤ ਕਰਨ ਲਈ ਆਏ ਜਿਸ ਵਿੱਚ ਇਸ ਮੈਂ ਪਾਇਆ ਕਿ ਜੋ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਗਈ ਸੀ ਉਹਨਾਂ ਦੇ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਦੀ ਐਕਟੀਵਿਟੀਜ਼ ਅਤੇ ਉਹਨਾਂ ਦੇ ਸਪੀਚ ਫੀਮੇਲ ਇਨਵੈਂਟੀਸਾਈਡ ਉੱਤੇ ਉਹਨਾਂ ਦੇ ਜੋ ਸਕਿੱਟ ਪੇਸ਼ ਕੀਤੇ ਗਏ ਨੇ ਉਹ ਬੜੇ ਹੀ ਲਾਭਵੰਦ ਸਿੱਧ ਹੋਣਗੇ ਅਤੇ ਮੈਂ ਵਧਾਈ ਦਿੰਦਾ ਹਾਂ ਹਰਬੰਸ ਸਿੰਘ ਜੀ ਨੂੰ ਸਰਦਾਰ ਅਮਰਜੀਤ ਸਿੰਘ ਜੀ ਨੂੰ ਅਤੇ ਗੁਰਵਿੰਦਰ ਸਿੰਘ ਗਰੇਵਾਲ ਜੀ ਨੂੰ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਮੈਂ ਚਾਹੁੰਦਾ ਹਾਂ ਬਾਲਾ ਪਬਲਿਕ ਸਕੂਲ ਦਿਨ ਦੋਨੀ ਰਾਤ ਚੌਗਣੀ ਤਰੱਕੀ ਕਰਦੀ ਰਹੇ। ਧੰਨਵਾਦ।